ਮੁਲਾਕਾਤ ਹੀ ਨੀ ਹੋਈ। ਬਸ ਯਾਰ ਮੈਂ ਕਿਹਾ ਯਾਰ ਤੁਸੀਂ ਵਿਹਲੇ ਹੋ, ਕੰਮ ਸ਼ਮ ਕਰਾਤੇ, ਫਿਰ ਤੁਹਾਡੇ ਕੋਲ ਆ। ਤੁਸੀਂ ਆਪਣੇ ਕੰਮਾਂ ਕੁੰਮਾਂ ਚ ਬਿਜ਼ੀ ਹੋ ਤੁਸੀਂ ਲੱਗਦਾ ਹੈ। ਓ ਬਸ ਇਸ ਤਰ੍ਹਾਂ ਹੀ ਨਾ ਭਾਜੀ, ਕੀ ਕਰੀਏ ਫਿਰ, ਕੰਮ ਵੀ ਦੁਨੀਆ ਦੇ ਨਾਲ ਨਾਲ ਹੀ ਹੈ ਨਾ। ਸਹੀ ਗੱਲ ਹੈ, ਤੁਸੀਂ ਹੋ ਲੋ ਵਿਹਲੇ, ਫਿਰ ਕੰਮ ਸ਼ੁਰੂ ਕਰਾਂਗੇ ਤੁਹਾਡੇ ਕੋਲ। ਹਾਂਜੀ, ਕਿੰਨੇ ਕਿੰਨੇ ਵਾਲ ਕੱਟਣੇ ਜਨਾਬ? ਛੋਟੇ ਛੋਟੇ ਕਰ ਦਿਓ। ਛੋਟੇ ਛੋਟੇ ਤਿੰਨਾਂ ਤਿੰਨਾਂ ਮਹੀਨਿਆਂ ਦੇ ਕਰਦਾ? ਨਹੀਂ, ਡੇਢ ਮਹੀਨੇ ਦੇ ਕਰ ਦਿਓ। ਨਹੀਂ ਬੁੱਧਰ ਆਇਆ ਨਾ ਹੋ ਜਾਣਾ ਡੇਢ ਮਹੀਨੇ ਦੇ, ਤੁਸੀਂ ਕਰ ਦਿਓ ਇੰਨੇ ਕਹਿੰਦਾ ਬੱਚਾ। ਯਾਰ ਤਿੰਨ ਤਿੰਨ, ਮੇਰਾ ਮਤਲਬ ਆ ਵੀ ਤੁਸੀਂ ਏਡੇ ਛੋਟੇ ਵਾਲ ਕਰਾਉਣੇ? ਹਾਂਜੀ, ਜਿੱਦੇ ਮਰਜ਼ੀ ਮੈਂ ਤਾਂ ਟਿੰਡ ਕਰ ਦਾਂਗਾ। ਯਾਰ ਕਮਾਲ ਵਾਲੀ ਗੱਲ, ਤੁਸੀਂ ਤਾਂ ਘਰੋਂ ਲੜ ਕੇ ਨਹੀਂ ਆਏ। ਬੇਟਾ ਜੀ ਵਾਲ ਮੈਨੂੰ ਦੱਸੋ ਜਿਸ ਤਰ੍ਹਾਂ ਦੇ ਕੱਟਣੇ, ਮੈਂ ਤੁਹਾਨੂੰ ਉਸ ਤਰ੍ਹਾਂ ਦੇ ਕੱਟਾਂ। ਅੱਛਾ ਭਾਈ ਜਾਨ ਛੱਡ ਦਿਓ, ਮੈਂ ਕਹਿੰਦਾ ਕਿ ਬੱਚੇ ਦਾ ਕੰਮ ਕਰੋ। ਅਸੀਂ ਜਾਣੇ, ਮਤਲਬ ਗੂੰਗੇ ਆ ਤੁਸੀਂ? ਮੈਂ ਕਹਿੰਦਾ ਵਿਹਲੀ ਹੋ ਲਓ, ਫਿਰ ਕੰਮ ਜ਼ਿਆਦਾ ਹੈਗਾ। ਮੈਂ ਵਿਹਲਾ ਹੀ ਹਾਂ, ਦੱਸੋ ਵਾਲ ਕਟਾਣੇ ਜਨਾਬ ਤੁਸੀਂ, ਸ਼ੇਵ ਕਰਾਣੀ? ਹਾਂਜੀ ਸਾਰਾ ਕੁਛ ਹੀ, ਵਾਲ ਵੀ ਕਟਿੰਗ ਹੋ ਜਾਂਦਾ ਜਨਾਬ, ਸ਼ੇਵ ਹੋ ਜਾਂਦਾ ਜਨਾਬ। ਬੈਠੋ ਤੁਸੀਂ। ਕੀ ਰੇਟ ਅੱਜ ਕੱਲ੍ਹ ਕਟਿੰਗ ਦਾ ਆਪਣਾ ਭਲਾ? ਰੇਟ ਹੈ ਜੀ ਆਪਣਾ 1000 ਰੁਪਏ ਮੀਟਰ। ਵਾਲ ਦਾ ਰੇਟ ਕੀ ਹੁੰਦਾ? ਨਹੀਂ ਲੱਠੇ ਦੀ ਕਰਦੀ ਹੋ ਕਟਿੰਗ, ਜਿਹੜੀ ਕਟਿੰਗ ਦਾ ਰੇਟ ਜਾ ਰਿਹਾ? ਹਾਂਜੀ ਹਾਂਜੀ, ਇਹ ਪੁੱਛੋ ਨਾ, ਤੁਸੀਂ ਪਹਿਲੀ ਗੱਲ ਆਖਰ ਤੇ ਕਰਦੇ ਹੋ, ਆਖਰੀ ਗੱਲ ਤੁਸੀਂ ਪਹਿਲੇ ਕਰਦੇ ਹੋ। 1000 ਰੁਪਏ ਮੀਟਰ ਮੈਂ ਕਿ ਸ਼ਾਇਦ ਬੋਸਕੀ ਵਾਲੀ ਕਟਿੰਗ ਕਰਦੇ ਹੋ। ਬੋਸਕੀ ਵਾਲੀ ਕੀ ਮਤਲਬ, ਡਬਲ ਸਿਲਾਈ ਵਾਲੀ? ਓ ਯਾਰ ਨਹੀਂ ਯਾਰ। ਅੱਛਾ ਕਟਿੰਗ ਕਿੰਨੀ ਲੈਂਦੇ ਹੋ ਆਪਣਾ? ਕਟਿੰਗ ਦਾ ਜਨਾਬ ਅਸੀਂ ਲੈਂਦੇ 2000 ਰੁਪਏ। ਹੈ 2000 ਰੁਪਏ ਕਟਿੰਗ ਦਾ? ਹਾਂਜੀ। ਦੁਬਾਰਾ ਵਾਲ ਤਾਂ ਨਹੀਂ ਆਉਂਦੇ? ਮੈਂ ਵਾਲ ਜੜ੍ਹਾਂ 'ਚੋਂ ਨਹੀਂ ਕੱਢਦਾ ਜਨਾਬ। ਅਤੇ ਰੇਟ 'ਚ ਜੜ੍ਹਾਂ ਵਾਲਾ ਹੀ ਕਟਿੰਗ? ਦੇਖੋ ਸਾਰੀ ਦੁਨੀਆ ਕਟਿੰਗ ਕਰਾਉਂਦੀ, ਤੁਸੀਂ ਕੋਈ ਲਹਿਦਾ ਨਹੀਂ ਕਰਾਉਣੀ। ਅੱਛਾ ਅੱਛਾ, ਹਾਂਜੀ। ਨਹੀਂ ਫਿਰ 2000 ਰੁਪਏ ਬਹੁਤ ਜ਼ਿਆਦਾ ਉਸਤਾਦ ਜੀ। ਤੁਸੀਂ 100 ਘੱਟ ਦੇ ਦੇਣਾ ਭਾਅ ਜੀ, ਤੁਸੀਂ ਨਹੀਂ ਰਿਆਇਤ ਨਾ ਹੀ ਕਰੋ ਮੇਰੇ ਨਾਲ ਮਿੱਤਰ ਨਹੀਂ। ਆਹੋ ਮੇਰਾ ਮਤਲਬ ਆ ਵੀ ਤੁਸੀਂ ਵਾਲ ਕਟਾਉਣੇ ਨਾ ਭਾਅ ਜੀ? ਵਾਲ ਵੀ ਕਟਾਉਣੇ, ਮਸਾਜ ਵੀ, ਸਾਰਾ ਕੁਛ। ਫੇਸ਼ੀਅਲ ਕੀ ਕਹਿੰਦੇ ਹੁੰਦੇ ਨੇ? ਹੋ ਜਾਂਦਾ, ਬੈਠੋ, ਮੈਂ ਵਿਹਲਾ ਹੀ ਹਾਂ। ਸਾਰਾ ਕੁਛ ਕੰਮ ਥੋੜ੍ਹਾ ਜ਼ਿਆਦਾ ਹੈਗਾ, ਮੈਂ ਕਹਿੰਦਾ ਤੁਸੀਂ ਸਕੂਨ ਨਾਲ ਵਿਹਲੇ ਹੋ ਜਾਓ ਇੱਕੋ ਵਾਰੀ। ਹੈ ਹਾਂਜੀ, ਫਿਰ ਤੁਹਾਨੂੰ ਫਿਰ ਦੱਸਣੇ, ਤੁਸੀਂ ਬੈਠੋ, ਦੱਸਣਾ ਕੀ ਹੈ? ਮੈਂ ਕਿਹਾ ਤੁਸੀਂ ਕਰੋ ਕੰਮ ਤੁਸੀਂ ਆਪਣਾ, ਤੁਸੀਂ ਦੱਸ ਦਿਓ ਜਿਹੜੇ ਕਟਾਣੇ ਮੈਨੂੰ, ਜਿਸ ਤਰ੍ਹਾਂ ਦੇ ਕਟਾਣੇ ਆ ਜਾਂ ਫੇਸ਼ੀਅਲ ਕਰਾਉਣਾ ਤੁਸੀਂ, ਮਤਲਬ ਫੇਸ ਮਤਲਬ ਮਸਾਜ ਕਰਾਉਣੀ ਹੈ? ਹਾਂਜੀ ਹਾਂਜੀ ਸਾਰਾ ਕੁਛ ਜੀ, ਮੈਂ ਤੁਹਾਨੂੰ ਸਾਰਾ ਕਰ ਦਿਆਂਗਾ, ਫੇਸ ਵਾਸ਼ ਵੀ ਕਰ ਦਿਆਂਗਾ। ਹਾਂ ਜੀ, ਇਹ ਤੁਹਾਡਾ ਹੋਣਾ ਤਾਂ ਨਹੀਂ, ਲੇਕਿਨ ਮੈਂ ਕਰ ਦਾਂਗਾ। ਕੋਈ ਗੱਲ ਨਹੀਂ, ਤੁਹਾਡੇ ਕੋਲ ਆਪਣਾ ਨਹੀਂ ਹੋਇਆ ਅਜੇ ਤੱਕ ਮੇਰੇ ਕੋਲ? ਆਮ ਨਹੀਂ ਤੁਸੀਂ ਇਸਤੇਮਾਲ ਕਰਦੇ ਚੀਜ਼ਾਂ? ਕਰੀ ਨਹੀਂ ਜਨਾਬ ਕੋਈ ਐਸੀ ਗੱਲ ਨਹੀਂ। ਅੱਛਾ ਹਾਂਜੀ, ਫਿਰ ਤੁਹਾਡੀਆਂ ਚੀਜ਼ਾਂ ਸਹੀ ਨਹੀਂ। ਮੈਂ ਸੇਬ ਖਾਣਾ ਜਨਾਬ ਸਵੇਰੇ ਉੱਠ ਕੇ, ਸੇਬ ਦੁੱਧ ਦਾ ਗਲਾਸ। ਦਿਲ ਦਾ ਮਸਲਾ ਕੋਈ? ਭਾਈ ਜਾਨ ਤੁਸੀਂ ਬੈਠੋ। ਅੱਛਾ ਹਾਂਜੀ, ਨਹੀਂ ਤੁਸੀਂ ਕਾਹਦੇ ਲਈ ਸੇਬ ਡੰਡ ਬੈਠਕਾ ਲਾ ਕੇ ਵਾਲ ਕੱਟਦੇ ਹੋ? ਭਾਈ ਜਾਨ ਇਹ ਜਿਹੜਾ ਨਾ ਸਾਡਾ ਕੰਮ ਆ ਲੋਕਾਂ ਨੂੰ ਦੱਸਣਾ ਸੇਬ ਖਾਣਾ ਕਿ ਜੀ, ਹਾਂਜੀ ਇਹ ਦੱਸਣਾ ਵੀ ਨਾਲ ਦੱਸਣਾ ਵਾ ਮੁਰੱਬਾ। ਅੱਛਾ ਸੁਹਾਜਣੇ ਦਾ ਤੁਸੀਂ ਬਾਹਰ ਨਾ ਦਵਾਖਾਨਾ ਕਟਿੰਗ ਸ਼ੋਪ ਲੈ ਕੇ ਲਾਓ। ਭਾਈ ਜਾਨ ਤੁਸੀਂ ਵਾਲ ਕਟਾਉਣ ਆਏ ਕਿ ਮਸ਼ਵਰੇ ਦੇਣ ਆਏ? ਨਹੀਂ ਤੁਸੀਂ, ਮੈਂ ਕਹਿੰਦਾ ਤਸੱਲੀ ਨਾਲ ਕੰਮ ਕਰ ਲਓ ਪਹਿਲੇ। ਮੈਂ ਕਰ ਰਿਹਾ, ਮੇਰੇ ਵਾਲਾ ਕੰਮ, ਮੇਰਾ ਖਿਆਲ ਕਿਤੇ ਤੁਸੀਂ ਜ਼ਰੂਰੀ ਜਾਣਾ। ਹਾਂਜੀ ਹਾਂਜੀ ਮੈਂ ਜ਼ਰੂਰੀ ਜਾਣਾ। ਤੁਹਾਡੀ ਜਲਦੀ ਦੱਸ ਰਹੀ ਹੈ ਕਿ ਤੁਸੀਂ ਕਿਤੇ ਜ਼ਰੂਰੀ ਜਾਣਾ? ਨਹੀਂ ਜਲਦੀ ਤਾਂ ਗਾਰੰਟੀ ਨਹੀਂ, ਲੇਕਿਨ ਮੈਂ ਜਾਣਾ ਜ਼ਰੂਰੀ ਹੈ। ਬੈਠੋ ਫਿਰ, ਇੱਥੇ ਲੇਟ ਜਾਓ, ਘੜੀ ਅੱਖ ਲਾ ਲਓ, ਘੰਟਾ ਡੇਢ ਘੰਟਾ, ਤੁਹਾਨੂੰ ਜਲਦੀ ਨਹੀਂ ਤੇ। ਨਹੀਂ ਸ਼ਾਦੀ 'ਤੇ ਜਾਣਾ ਹੈ ਸੱਚਨਾ ਜੀ। ਅੱਛਾ ਹਾਂਜੀ, ਮੈਂ ਕਹਿੰਦਾ ਤਿਆਰ। ਮੁਬਾਰਕ ਹੋਵੇ ਜਨਾਬ। ਹਾਂ ਉਹ ਸਾਡੇ ਵਾਸਤੇ ਵੀ ਲੱਡੂਆਂ ਦਾ ਟੋਕਰਾ ਲੈਂਦੇ ਆਣ। ਤੁਸੀਂ ਕਰੋ ਤਸੱਲੀ ਨਾਲ ਆਪਣਾ ਕੰਮ, ਕੋਈ ਗੱਲ ਨਹੀਂ, ਮੈਂ ਕੋਈ ਨਹੀਂ ਤੁਹਾਨੂੰ ਦੱਸ ਦਾਂਗਾ। ਹੈਂ ਕਾਕਾ, ਹਿੱਲ ਨਾ, ਤੇਰਾ ਵਾਲ ਟੱਕ ਲੱਗ ਜਾਏਗਾ। ਤੁਸੀਂ ਗੱਲਾਂ ਕਰੀ ਜਾ ਰਹੇ, ਮੈਂ ਵੀ ਵਿਆਹ ਤੇ ਜਾਣਾ। ਇਹ ਸਾਰੇ ਵਿਆਹ ਤੇ ਹੀ ਚੱਲੇ ਆ? ਹਾਂਜੀ ਸਾਰੇ ਮੁਲਕ 'ਚ ਵਿਆਹ ਵਾ? ਨਹੀਂ ਆ, ਮੇਰੇ ਚਾਚੇ ਦੇ ਮੁੰਡੇ ਦਾ ਵਿਆਹ। ਅੱਛਾ ਅੱਛਾ, ਹਾਂ ਚਲੋ। ਉਹ ਤਾਂ ਲੱਗਦਾ ਕਿ 2 ਵਾਰੀ ਹੋ ਰਿਹਾ ਕਿ ਮਤਲਬ, ਫੇਰ ਵਿਆਹ ਤੇ ਉਹ ਵੀ ਵਿਆਹ ਤੇ ਉਹ ਵੀ ਤੁਹਾਡੇ ਵਾਲੇ ਦੇ ਚੱਲਾ ਲੱਗਦਾ। ਪਹਿਲੀ ਵਾਰੀ ਰਿਹਾ? ਅੱਛਾ ਪਹਿਲੀ ਵਾਰੀ, ਵੈਰੀ ਗੁੱਡ, ਮੁਬਾਰਕ ਹੋਵੇ ਜੀ, ਖੁਸ਼ੀ ਵਾਲੀ ਗੱਲ। ਮੁਕਾ ਲਓ ਨਾ ਕੰਮ ਤੁਸੀਂ, ਮੈਂ ਕਹਿੰਦਾ ਜਰਾ ਫਿਰ ਸਲੀ ਨਾਲ, ਕਿਉਂਕਿ ਇਹ ਕੰਮ ਜਰਾ। ਆ ਲਓ ਜੀ, ਮੈਂ ਮੁਕਾਤਾ ਜਨਾਬ। ਦੱਸੋ ਪਹਿਲੇ ਨਾ, ਤੁਸੀਂ ਆ ਜਾਓ ਪਹਿਲੇ, ਤੁਹਾਡਾ ਮੈਂ ਕਰ ਦਿੰਦਾ। ਨਹੀਂ ਨਹੀਂ ਮੈਂ ਸਲੀ ਨਾਲ, ਤੁਸੀਂ ਬੇਫਿਕਰ ਹੋ ਜਾਓ। ਨਹੀਂ ਆ ਜਾਓ, ਆ ਜਾਓ ਇੱਥੇ, ਪਤਾ ਕੀ ਮੇਰੇ ਵਾਲਾ ਕੰਮ ਤੁਹਾਨੂੰ ਨਫਾ ਹੋ ਜਾਣਾ, ਤੁਸੀਂ ਕਰੋ ਆਪਣਾ। ਉੱਥੇ ਮੰਜੀ ਡਾ ਦਿੰਦੇ ਤੁਹਾਨੂੰ, ਮੰਜੀ ਤੇ ਲੇਟੋ, ਘੜੀ ਮੈਂ ਲੇਟੇ ਲੇਟੇ ਦੇ ਕਰ ਦਾਂਗਾ। ਉਹ ਨਹੀਂ ਯਾਰ, ਮੈਂ ਬਿਮਾਰ ਹਾਂ ਨਾ, ਮਾਫ ਕਰ। ਤੇ ਤੰਦਰੁਸਤ ਵੀ ਨਹੀਂ ਲੱਗਦੇ ਏਡੇ ਤੇ, ਮਤਲਬ ਤੇਰੇ ਤੇ ਤਾਜ਼ਗੀ ਨਹੀਂ ਹੈ, ਇਹ ਤੇ ਲੱਗਦਾ ਕੋ ਮਤਲਬ 3 ਸਾਲ ਦਾ ਮੂੰਹ ਹੀ ਨਹੀਂ ਧੋਤਾ। ਹਾਂਜੀ ਹੋ ਜਾਓ ਵਿਹਲੇ, ਤੁਸੀਂ ਕਰ ਲਓ ਕੰਮ। ਹਾਂਜੀ ਆ ਕਰ ਰਹੇ ਹਾਂ ਕੰਮ ਜਨਾਬ, ਮੈਂ ਆ ਕੰਮ ਹੀ ਕਰ ਰਿਹਾ। ਅੱਛਾ ਕੰਮ ਕਰ ਰਹੇ? ਹਾਂਜੀ, ਹੋਰ ਬੈਠਕਾ ਲਾ ਰਿਹਾ ਮੈਂ। ਸਿਲਸਿਲਾ ਇਹ ਕੰਮ ਮੇਰੇ ਵਾਲਾ ਲੰਬਾ ਹੈਗਾ, ਮੈਂ ਕਹਿੰਦਾ ਤੁਸੀਂ ਪਹਿਲੇ ਮੁਕਾ ਲਓ। ਕੀ ਤੂੰ ਕਬਜ਼ਾ ਲੈਣ ਆਇਆ, ਲੈਂਟਰ ਪਾਉਣ ਆਇਆ ਸਿਰ ਤੇ? ਹੈ ਨਹੀਂ, ਉਹ ਕੰਮ ਮੇਰਾ ਔਖਾ ਹੈਗਾ,
ਮੈਂ ਕਹਿੰਦਾ ਤਸੱਲੀ ਨਾ ਇੱਕ ਵਾਰੀ ਬਹਿ ਕੇ ਕਰੋ ਤੁਸੀਂ ਕਰੋ ਆਪਣਾ ਕੰਮ। ਔਖਾ ਕੀ ਤੇਲ ਲਾ ਕੇ ਕੜੇ ਚ ਲੰਘਣਾ ਯਾਰ, ਜੁਗਤਾ ਨਾ ਕਰੋ, ਕੰਮ ਵੀ ਕਰਿਆ ਕਰੋ ਯਾਰ। ਜੁਗਤਾ ਨਹੀਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਸਾਰਾ ਦਿਨ ਬਹਿਸ ਕਰਕੇ ਅੱਜ ਖਾਲੀ ਅਸੀਂ ਵਾਪਸ ਚਲੇ ਜਾਂਦੇ ਘਰ। ਇੱਥੇ ਅੱਡਾ ਲਾ ਲਵਾਂ, ਤਰਖਾਣ ਆ ਮੈਂ, ਮੰਜੀਆਂ ਠੋਕਾਂ, ਫਾਲਾਂ ਠੋਕਾਂ, ਬਾਲਟੀਆਂ ਨੂੰ ਥੱਲੇ ਲਾਵਾਂ ਬਹਿ ਕੇ। ਯਾਰ ਕਮਾਲ ਵਾਲੀ ਗੱਲ ਕਰਦੇ ਹੋ, ਕੰਮ ਹੀ ਕਰ ਰਿਹਾ ਯਾਰ। ਤੈਨੂੰ ਕਿੰਨੇ ਬੜੇ ਕੰਮ ਹੁੰਦੇ ਤੂੰ ਉਹ ਕਿਉਂ ਨਹੀਂ ਕਰਦਾ ਯਾਰ? ਕਿਹੜਾ ਕਿਹੜਾ ਕੰਮ ਆਉਂਦਾ ਮੈਨੂੰ? ਹੁਣੇ ਕਿਹਾ ਨੀ, ਤਰਖਾਣ ਆ, ਮੰਜੀਆਂ ਠੋਕਾਂ, ਪੀੜੀਆਂ ਠੋਕਾਂ, ਪਤਾ ਨਹੀਂ ਕੀ ਕੀ। ਮੈਨੂੰ ਸਰ, ਮੇਰਾ ਮਤਲਬ ਤੁਸੀਂ ਕਹਿੰਦੇ ਵੀ ਵਿਹਲੇ ਹੋ ਜਾਓ। ਮੈਂ ਕੋਈ ਇੱਥੇ ਖੇਸ ਨਹੀਂ ਬੁਣਨ ਦਿਆ, ਮੈਂ ਕੋਈ ਖੱਡੀ ਤੇ ਨਹੀਂ ਬੈਠਾ। ਕਰ ਲਓ ਤਸੱਲੀ ਨਾਲ, ਚੀਜ਼ ਹੋ ਜਾਓ, ਮੈਂ ਤਾਂ ਦੱਸ ਦਿੰਦਾ। ਚਲੋ ਮੈਂ ਬੈਠਾ ਹੈ। ਹਾਂਜੀ ਬੈਠੋ ਬੈਠੋ ਤੁਸੀਂ। ਹਾਂ ਮੈਂ ਅਸਲ 'ਚ ਨਾ ਇੰਤਜ਼ਾਰ ਕਰ ਰਿਹਾ ਕਿਸੇ ਦਾ। ਹਾਂਜੀ ਇਸ ਲਈ ਮੈਨੂੰ ਕੋਈ ਜਲਦੀ ਨਹੀਂ। ਤੇ ਬੈਠੋ ਫਿਰ, ਲੰਮਾ ਪਓ, ਰਾਤ ਰਹੋ ਤੁਸੀਂ, ਸਵੇਰੇ ਘਟਾ ਲੈਣਾ, ਸਵੇਰੇ 7:30 ਵਜੇ ਉੱਠ ਕੇ। ਚਲੋ ਆਪਣਾ ਮੁਕਾ ਲਓ ਕੰਮ। ਮੈਂ ਕਹਿੰਦਾ ਪਤਾ ਕੀ ਗੱਲ, ਹਾਂਜੀ ਮੇਰਾ ਵਾਲਾ ਕੰਮ ਜਿਹੜਾ ਲੰਬਾ ਹੈਗਾ, ਮੈਂ ਇਸ ਲਈ ਸੱਲੀ ਨਾਲ। ਹਾਂਜੀ ਭਾਜੀ, ਆਪਣੀ ਰਹਿਸ਼ ਕਿੱਥੇ? ਆਪਣੀ ਰਹਿਸ਼ ਘੜੀ ਸ਼ੋ। ਅੱਛਾ ਘੜੀ ਸ਼ੋ, ਕਿੰਨੀ ਦੂਰੋਂ ਤੁਸੀਂ ਆਏ? ਤੇ ਵਾਲ ਕੱਟ ਕੇ ਤੇ ਘਰ ਦੇ ਹੋ ਵਾਪਸ ਅਗਲੇ ਬੰਦੇ ਨੂੰ, ਰਹਿਸ਼ ਕਿਉਂ ਪੁੱਛਣ ਦੇ ਹੋ? ਇਹ ਮੈਂ ਵਾਲ ਕੱਟਣ ਡਿਆ, ਮੈਂ ਬੂਟੇ ਨਾਲ ਅਮਰੂਦ ਲਾ ਕੇ ਨਹੀਂ ਦੇਣ ਚੱਲਾ। ਜੇ ਮੈਂ ਕਿਹਾ ਸ਼ਾਇਦ ਹੁੰਦਾ ਨਾ ਵੀ ਵਾਲ ਕੱਟ ਕੇ ਤੁਸੀਂ ਘਰ ਪਹੁੰਚੋ, ਮੈਂ ਤੁਹਾਡੇ ਘਰ ਪਹੁੰਚਾ ਦਿੰਦਾ। ਘਰ ਦਾ ਕੀ ਤਾਂ ਲੱਗੇ ਇਸ ਗੱਲ ਭਾਈ ਜਾਨ? ਘਰ ਦਾ ਕੀ, ਤੁਸੀਂ ਗੱਲਾਂ ਕਿਸ ਤਰ੍ਹਾਂ ਦੀ ਕਰ ਰਹੇ ਭਾਜੀ? ਹੈ ਤੁਸੀਂ ਆਪਣਾ ਵਾਲ ਕਟਾਉਣੇ ਕਟਾਓ ਤੁਸੀਂ। ਵਾਲ ਨਹੀਂ, ਮੈਂ ਫੇਸ਼ੀਅਲ ਵੀ ਕਰਾਉਣਾ, ਮਸਾਜ ਵੀ ਕਰਾਉਣਾ ਹੈ। ਵਾਲ ਮਨ ਕੰਮ ਬੜਾ ਯਾਰ ਅੱਜ। ਤੇ ਜੇ ਇੰਨਾ ਕੰਮ ਕਰਾਉਣਾ ਬੰਦਾ ਮਹੀਨਾ ਪਹਿਲੇ ਦੱਸੇ। ਹੈ ਇੱਕ ਮਹੀਨਾ ਪਹਿਲੇ ਦੱਸੋ। ਆਹ ਗੱਲ ਤੇ ਤੇਰੀ ਠੀਕ, ਫਾਰਮ ਫਿਲ ਕਰਾਂ ਪਹਿਲੇ ਤੁਹਾਡੀ ਦੁਕਾਨ ਦਾ ਮੈਂ। ਹਾਂ ਦਾਖਲਾ ਲੈਣਾ ਇੱਥੇ ਤੇ ਫਿਰ ਗੱਲ ਤੇ ਉਹੀ ਕਰ ਰਹੇ ਹਾਂ ਯਾਰ। ਪਤਾ ਨਹੀਂ ਕਿੱਥੋਂ ਆ ਜਾਂਦੇ ਭਾਜੀ, ਤੁਸੀਂ ਮਾਇੰਡ ਨਾ ਕਰਨਾ ਕੋਈ ਐਸੀ ਗੱਲ ਨਹੀਂ। ਸਾਡੇ ਕਸਟਮਰ ਆ, ਸਾਨੂੰ ਸੁਣਨੀ ਪੈਂਦੀ ਹਰ ਗਾਹਕ ਦੀ ਗੱਲ। ਦਾਦਾ ਜੀ ਮੈਂ ਇੱਕ ਗੱਲ, ਤੁਹਾਡਾ ਹੱਥ ਬੜਾ ਸਾਫ਼ ਹੈ, ਬੜੀ ਤਸੱਲੀ ਨਾਲ ਕੰਮ ਕਰ। ਸਾਡਾ ਬਾਪ ਦਾਦਾ ਕੰਮ ਕਰਦਾ ਸੀ ਜਨਾਬ, ਅਸੀਂ ਇਕੱਲੇ ਨਹੀਂ ਕਰਦੇ। ਅੱਛਾ ਜੋ ਉਹ ਕਰ ਗਏ ਪਹਿਲੇ ਕੰਮ? ਹਾਂਜੀ ਉਹ ਕਰ ਗਏ ਜਨਾਬ, ਉਹਨਾਂ ਦੀਆਂ ਤੇ ਸ਼ੇਪਾਂ ਮਸ਼ਹੂਰ ਆ, ਦੇਗਾ ਪਕਾਣੀਆਂ ਮਸ਼ਹੂਰ ਆ, ਉਹਨਾਂ ਦੇ ਹਕੀਕੇ ਖਤਨੇ ਬੜੇ ਮਸ਼ਹੂਰ ਆ। ਨਹੀਂ ਤੇ ਜਦੋਂ ਉਹ ਜੋ ਕਰ ਗਏ ਸੀ ਤੇ ਤੁਹਾਨੂੰ ਕਰਨ ਦੀ ਕੀ ਲੋੜ ਸੀ? ਉਹ ਹੁਣ ਮਰ ਗਏ ਆ ਨਾ, ਉਹ ਹੁਣ ਦੁਨੀਆ ਤੋਂ ਜਾ ਚੁੱਕੇ ਆ। ਅੱਛਾ ਅੱਛਾ ਹਾਂਜੀ, ਉਹ ਮੈਂ ਹੁਣ ਜਿਨ੍ਹਾਂ ਦੀ ਕਰਨੀ ਆ ਨਾ ਉਹਨਾਂ ਨੇ ਜਾਣਾ। ਅੱਛਾ ਅੱਛਾ ਹਾਂਜੀ, ਜਿਨ੍ਹਾਂ ਦੇ ਆਉਣ ਵਾਲੇ ਗਾਹਕ ਆ ਨਾ ਜਿਹੜੇ, ਉਹਨਾਂ ਨੇ ਜਾਣਾ ਵਾਪਸ। ਅੱਛਾ ਅੱਛਾ ਹਾਂਜੀ। ਨਹੀਂ ਮੈਂ ਕਿਹਾ ਜਦੋਂ ਉਹ ਜੋ ਕਰ ਗਏ ਸੀ ਤੁਹਾਨੂੰ ਕੀ ਲੋੜ ਸੀ ਐਡਾ ਪੰਗਾ ਲੈਣ? ਉਹ ਸਰ ਮੈਂ ਤੁਹਾਨੂੰ ਇਹ ਅਰਜ਼ ਕੀਤੀ ਆ ਕਿ ਸਾਡੇ ਬਾਪ ਦਾਦੇ ਨੇ ਕੰਮ ਕੀਤਾ। ਅੱਛਾ ਅੱਛਾ, ਤੇ ਹੁਣ ਅੱਗੋਂ ਸਾਡਾ ਲੜੀ ਦਰ ਲੜੀ, ਅੱਗੋਂ ਸਾਡੇ ਬੱਚਿਆਂ ਨੇ ਵੀ ਇਹੀ ਕੰਮ ਕਰਨਾ। ਲੜੀ ਦਰ ਲੜੀ ਹਾਂਜੀ, ਰਿਸ਼ਤੇ ਕਰਾਈ ਦੇ, ਦੇਗਾ ਪਕਾਈ ਦੀਆਂ, ਟੈਂਟ ਲਾਈ ਦੇ ਆ, ਹੈਂਜੀ ਲੋਕਾਂ ਦੀਆਂ ਮਤਲਬ ਬਰਾਤਾਂ ਦੇ ਅੱਗੇ ਅਸੀਂ ਜਨਾਬ ਸਾਰਾ ਅੱਡਾ ਲਾ ਕੇ ਦੇਗਾ ਪਕਾਉਂਦੀਆਂ ਸੀ, 3,000-3,000 ਦੇਗ ਇੱਕ ਟਾਈਮ 'ਚ ਪਕਾਈ ਹੈ। ਤੇ ਜੇ ਕੋਈ ਤੁਹਾਡੀ ਔਲਾਦ ਵੀ ਇਹ ਕੰਮ ਕਰੇਗੀ? ਹਾਂਜੀ, ਤੁਸੀਂ ਹਟਣਾ ਨਹੀਂ ਇਸ ਗੱਲ ਤੋਂ। ਜਾਨਾ ਨਾਈ ਆਪਣਾ ਬਹੁਤ ਅੱਛਾ ਯਾਰ ਆ, ਗੁੱਲੂ ਨਾਈ, ਸੋਹਣੀਆਂ ਦੇਗਾ ਪਕਾਉਂਦਾ, ਮਜ਼ੇਦਾਰ। ਕੀ ਬਾਤ, ਇਹ ਮੇਰਾ ਸ਼ਾਗਿਰਦ ਆ ਜਾਨਾ, ਗੁੱਲੂ ਨਾਈ ਤੇ ਜਾਨਾ। ਹਾਂਜੀ ਅੱਛਾ ਜੀ ਹਾਂਜੀ, ਤੇ ਉਹਨਾਂ ਨੂੰ ਪਤਾ ਧਰਮਪੁਰੇ ਦੇ ਵਿੱਚ ਇਸ ਵੇਲੇ ਮਸ਼ਹੂਰ ਆ। ਨਹੀਂ ਤੇ ਉਹਨਾਂ ਨੂੰ ਸ਼ਹਿਰ 'ਚ, ਉਹਨਾਂ ਨੂੰ ਪਤਾ ਇਸ ਗੱਲ ਦਾ? ਉਹਨਾਂ ਨੂੰ ਪਤਾ ਤੇ ਕਹਿਣ ਡਿਆ ਜਨਾਬ। ਅੱਛਾ, ਤੁਹਾਡਾ ਬਰਾਦਰੀ ਦੇ ਵਿੱਚ ਅੱਛਾ ਤਲਕ ਆ? ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਤਦ ਬੁਲਾਇਆ ਉਹਨਾਂ ਨੇ। ਹਾਂ, ਲੇਕਿਨ ਉਹਨਾਂ ਤੁਹਾਡੇ ਵਰਗੇ ਬੰਦੇ ਨੂੰ 3,000 ਰੁਪਏ ਦੇ ਕੇ ਅਗਲਾ ਕਹਿੰਦਾ ਯਾਰ ਸਾਡੇ ਜੰਜ 'ਚ ਨਾ ਬੜੀ। ਕਿੰਨਾ ਜੀ? ਵਿਆਹ ਵਾਲੇ ਘਰ 3,000? ਹਾਂਜੀ, ਰੇਟ ਘਟਾ ਦੇ। ਅੱਛਾ ਮਕਾਓ ਯਾਰ ਕੰਮ ਨਾ, ਮੈਂ ਕਹਿੰਦਾ ਮੇਰੇ ਵਾਲਾ ਕੰਮ ਲੰਬਾ ਜ਼ਰਾ। ਅੱਛਾ ਅੱਛਾ, ਚਲੋ ਭਾਜੀ ਤੁਸੀਂ ਦੂਸਰੀ ਸੀਟ ਤੇ ਆ ਜਾਓ। ਚਾਚੂ ਮੇਰੀ ਕਟਿੰਗ ਨਹੀਂ ਕਰਨੀ, ਮੈਂ ਵਿਆਹ ਤੇ ਜਾਣਾ। ਤੁਹਾਡੀ ਕਰ ਦੇਣੇ, ਉਹਨਾਂ ਨੇ ਵੀ ਵਿਆਹ ਤੇ ਜਾਣਾ। ਨਹੀਂ ਤੁਸੀਂ ਦੱਸ, ਮੁੰਡਾ ਕੋਈ ਨਹੀਂ, ਕੋਈ ਨਹੀਂ ਬੇਟਾ, ਮੈਂ ਤੁਸੀਂ 10 ਮਿੰਟ ਠਹਿਰ ਕੇ ਚੱਲ ਜਾਣਾ। ਆ ਬੈਠੋ, ਕੋਈ ਗੱਲ ਨਹੀਂ, ਹਾਲੇ ਤੁਸੀਂ ਸਾਡੇ ਪੁਰਾਣੇ ਕਸਟਮਰ ਹੋ ਤੇ ਅੱਜ ਹੀ ਆਏ। ਗੱਲ ਪਤਾ ਕੀ ਏ, ਹੋ ਇਹਨਾਂ ਨੇ ਵੀ ਹੁਣ ਪਰਾਇਆ ਜਾਣਾ। ਤੁਸੀਂ ਕਰਾਉਣਾ ਕੀ ਏ? ਗੱਲ ਇਹ ਕਿ ਮੈਂ ਜਾਣਾ ਸ਼ਾਦੀ ਤੇ, ਉਹਨਾਂ ਨੇ ਵੜਨ ਨਹੀਂ ਦੇਣਾ। ਇਹੀ ਰੌਲਾ ਸੀ, ਉਹਨਾਂ ਨੇ ਚਾਲੀ ਮੇਰੀ ਲੜਾਈ। ਅੱਛਾ ਠੀਕ ਏ। ਹੁਣ ਮਸਲਾ ਹੈ ਕਿ ਗਿਆ ਵੱਡਾ ਭਾਈ ਨਾਲ, ਅੱਜ ਮਹਿੰਦੀ ਹੈ ਨਾ, ਵੱਡਾ ਭਾਈ ਗਿਆ, ਉਹਨੂੰ ਉੱਥੇ ਵੇਖੋ ਕੀ ਗੱਲ ਨਹੀਂ ਬਣਦੀ ਕੀ ਨਹੀਂ। ਉਹਨੇ ਫੋਨ ਕਰਨਾ ਤੇ ਮੈਂ ਤੁਹਾਨੂੰ ਕਹਿ ਦੇਣਾ ਜੀ ਮੈਨੂੰ ਪਿਆਰ ਕਰ। ਮਠਿਆਈ ਵੰਡੀ ਜਾਏਗੀ, ਛੇਤੀ ਨੀ ਹੋਣੀ। ਇੱਕ ਪਰਚਾ ਵੀ ਉਹਨਾਂ ਨੇ ਸਾਡੇ ਤੇ ਕਰਾਇਆ, ਵਾਪਸ ਲੈਣਾ, ਉਹ ਵੀ ਅਜੇ ਥਾਣੇ ਵੀ ਜਾਣਾ ਪੈਣਾ, ਉੱਥੇ ਵੀ ਲਿਖ ਲਿਖਾ ਸਾਰਾ ਨਾ। ਹਾਂਜੀ, ਇਹ ਟੈਲੀਫੋਨ ਤੁਹਾਡਾ ਆਉਣਾ ਤੇ ਫੇਰ ਸ਼ੁਰੂ ਕਰੀਏ। ਹਾਂਜੀ ਹਾਂਜੀ, ਮੈਂ ਤੁਹਾਨੂੰ ਇਸ ਤਰੀਕੇ ਦੀ ਫਿਕਰ ਹੋ ਗਈ, ਤੁਸੀਂ ਟੈਨਸ਼ਨ ਨਹੀਂ, ਕੋਈ ਵੀ ਆ ਹੀ ਜਾਏਗਾ ਫੋਨ ਦੀ ਕਿਹੜੀ ਗੱਲ ਆ, ਤੁਸੀਂ ਹੁਣੇ ਦੇਰ ਆਪਣਾ। ਨਹੀਂ ਨਹੀਂ ਤੁਸੀਂ ਨਾ, ਮੈਂ ਪਤਾ ਕੀ ਗੱਲ, ਮੈਂ ਕੰਮ ਕਰਾ ਕੇ ਬਹਿ ਜਾ, ਮੈਨੂੰ ਬੁਲਾਉਣ ਨਾ ਤੇ ਮੇਰੇ ਅਫੀਸ਼ੀਅਲ ਕਰਾ ਲਓ, ਅਫੀਸ਼ੀਅਲ ਕਰਾ ਦੇ। ਨਹੀਂ 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 ਨਹੀਂ, ਪਤਾ ਕੀ ਗੱਲ ਹੈ, ਆ ਮਸ਼ੀਨ ਲਾ ਦੇਣਾ ਮਾੜੀ ਜੀ, ਮੈਂ ਆਪਣੇ ਪੈਸੇ ਨਹੀਂ ਤਾਇਆ ਕਰਨੇ, ਫੋਨ ਆ ਜਾਏਗਾ ਤੇ ਮੈਂ, ਕੋਈ ਗੱਲ ਨਹੀਂ, ਸਾਰੇ ਕੰਮ ਇੱਥੇ ਕਰਾਉਣਾ ਮੈਂ। ਤੁਹਾਡਾ ਕਾਫੀ ਕੰਮ ਲਵਾਂ ਵਾ। ਹਾਂਜੀ ਇਹ ਲਓ, ਮੈਂ ਰੱਖ ਦੇਣਾ, ਜਦੋਂ ਫੋਨ ਆਏਗਾ ਮੈਨੂੰ ਦੱਸ ਦੇਣਾ, ਤੇ ਉਦੋਂ ਮੈਂ ਤੁਹਾਡੇ ਵਾਲ ਕੱਟ ਦਾਂਗਾ, ਮੈਂ ਘੜੀ ਅੱਖ ਲਾ ਲਵਾਂ। ਇੱਥੇ ਸੁਣਦੇ ਹੋ, ਬਿੱਲੀ ਦੇ ਬੱਚੇ ਹੋ ਭਾਈ ਜਾਨ।
ਰੌਲਾ ਕੀ ਹੈ? ਮਸਲਾ ਇਹ ਹੈ ਤੁਹਾਡਾ ਰੌਲਾ ਹੀ ਨਹੀਂ ਮੁੱਕਣ ਦਿਆ ਯਾਰ। ਰੌਲਾ ਮੁੱਕੇਗਾ ਤੇ ਫਿਰ ਜਾਣਾ ਮੇਰੀ ਜਾਨ। ਮੈਂ ਕਿਸੇ ਨੂੰ, ਮੈਂ ਹੈ ਡਰੈਸਰ ਆ, ਮੇਰੇ ਸਾਰੇ ਸ਼ਾਗਿਰਦ ਆ, 20 ਸ਼ਾਗਿਰਦ ਆ ਮੇਰੇ। ਤੇ ਮੈਂ ਕੀ ਕਰਨੇ ਨੇ ਤੁਹਾਡੇ ਵੀ ਸ਼ਾਗਿਰਦ? ਤੁਸੀਂ ਕਿਹਾ ਕਿ ਮੈਂ ਤੁਹਾਡੇ ਕੋਈ ਕਰਾਉਣਾ। ਹਾਂਜੀ, ਮੈਂ ਸਾਰੇ ਕੰਮ ਛੱਡ ਕੇ ਮੈਂ ਤੁਹਾਡੇ ਘੱਟ ਰਿਹਾ। ਹਾਂਜੀ, ਤੁਸੀਂ ਅੱਗੋਂ ਕਹਿੰਦੇ ਫੋਨ ਆਉਣਾ, ਮੇਰਾ ਥਾਣੇ ਜਾਣਾ, ਮੇਰਾ ਭਰਾ ਨੇ ਆਉਣਾ, ਹਾਂਜੀ ਉੱਥੇ ਕਚਹਿਰੀ ਜਾਣਾ, ਫਿਰ ਸਾਰਾ ਫੈਸਲਾ ਹੋਣਾ, ਫਿਰ ਜਨਾਬ ਕਿਤੇ ਜਾ ਕੇ ਵਾਲ ਕੱਟਣੇ। ਐ ਦੇਖੋ ਨਾ, ਨਹੀਂ ਕੱਲੇ ਵਾਲ ਹੀ ਨਹੀਂ, ਫੇਸ਼ੀਅਲ ਵੀ ਕਰਨਾ, ਮਸਾਜ ਵੀ, ਸਾਰਾ ਕੰਮ ਕਰਨਾ। ਨਹੀਂ ਮੰਨਿਆ, ਸਾਰਾ ਕੁਝ ਕਰਾਉਣਾ, ਲੇਕਿਨ ਕਰਾ ਵੀ ਲਵੋ। ਨਹੀਂ ਨਹੀਂ ਮੈਂ ਰਿਸਕੀ ਕੰਮ ਤਾਂ ਮੈਂ ਪਹਿਲੇ ਕਿਹਾ ਮੈਂ ਨਹੀਂ ਕਰਦਾ ਹੁੰਦਾ, ਮੈਂ ਤੁਹਾਡੇ ਕੋਲ ਸਾਰਾ ਕੁਝ ਕਰਾ ਲਵਾਂ। ਇੱਥੇ ਬਹਿ ਕੇ ਫੋਟੋ ਬਣਾਉਣਾ ਹੈ ਤੁਸੀਂ? ਹੈ, ਇੱਥੇ ਬਹਿ ਕੇ ਫੋਟੋ ਬਣਾਉਣਾ ਹੈ? ਨਹੀਂ ਅੱਗੋਂ ਮੈਂ ਜਾਵਾਂ ਵੀ ਨਾ, ਪੈਸੇ ਵੀ ਜ਼ਾਇਆ ਕਰਾਂ, ਟਾਈਮ ਵੀ ਜ਼ਾਇਆ ਕਰਾਂ, ਕਿਹੜੀ ਮਾੜੀ ਗੱਲ ਹੈ ਯਾਰ। ਮੈਨੂੰ ਲੱਗਦਾ ਕਿ ਤੁਸੀਂ ਐਵੇਂ ਨਾ ਕਿਤੇ ਗੱਪ ਛੱਪ ਲਈ ਜਗ੍ਹਾ ਲੱਭਣ ਰਹੇ ਸੀ, ਵਾਲ ਵੂਲ ਤੁਸੀਂ ਕੋਈ ਨਹੀਂ ਕਟਾਉਣੇ। ਨਹੀਂ ਨਹੀਂ ਨਹੀਂ, ਸਾਰਾ ਕੁਝ ਕਰਾਉਣਾ, ਵਾਲ ਕਿਉਂ ਨਹੀਂ ਕਟਾਉਣੇ ਯਾਰ? ਭਾਈ ਜਾਨ, ਸਾਡੇ ਘਰ ਅਗਲੇ ਅਟੀਕਦੇ ਆ ਕਿ ਹਾਂਡੀ ਲੈ ਕੇ ਆਉਣਗੇ, ਅੰਬ ਲੈ ਕੇ ਆਉਣਗੇ, ਕੋਈ ਫਰੂਟ ਸੇਬ ਲੈ ਕੇ ਆਉਣਗੇ, ਕਿੰਨੋ ਲੈ ਕੇ ਆਉਣਗੇ। ਤੁਹਾਡੇ ਘਰ ਵਾਲੇ ਪਾਗਲ ਆ ਓਏ, ਤੇ ਅੰਬ ਦਾ ਮੌਸਮ ਹੀ। ਭਾਜੀ, ਸਟੋਰ ਦੇ ਵਿੱਚ ਅੰਬ ਹੁੰਦੇ ਆ, ਮੈਂ ਇੱਥੋਂ ਪੈਸੇ ਅੱਛੇ ਭਲੇ ਕਮਾਉਣਾ। ਅੱਛਾ, ਮੈਂ ਆਪਣੇ ਬੱਚਿਆਂ ਵਾਸਤੇ ਸਟੋਰ 'ਚੋਂ ਕਢਵਾ ਕੇ ਲੈ ਕੇ ਜਾਣਾ ਅੰਬ। ਹਾਂਜੀ, ਸਟੋਰ ਦਾ ਅੰਬ ਖਵਾਈ ਜਾਂਦੇ ਬੱਚਿਆਂ ਨੂੰ? ਤੇ ਸਟੋਰ ਦਾ ਹੀ ਖਵਾਉਣਾ, ਹੋਰ ਕਿਸੇ ਹੋਰ ਦਾ ਖਵਾਉਣਾ? ਹੈ, ਸਟੋਰ ਦਾ ਹੀ ਖਵਾਉਣਾ। ਛੱਡ ਯਾਰ, ਉਹਨੂੰ ਇੰਤਜ਼ਾਰ ਕਰ ਲਓ ਨਾ, ਕਾਰ ਕੋਈ ਨਹੀਂ ਆ ਜਾਣਗੇ, ਥੋੜੇ ਜਿਹੇ ਕਟਾ ਲਓ, ਮਾੜਾ ਜਿਹਾ ਨਿਸ਼ਾਨੀ ਮੇਰੇ ਪੈਸੇ ਤੇ ਸ਼ੁਰੂ ਹੋ ਜਾਣ। ਕਾਹਦੇ? ਤੁਸੀਂ ਤੇ ਹੱਥ ਨਹੀਂ ਲਾਉਣ ਦਿੰਦੇ। ਇਸ ਤਰ੍ਹਾਂ ਕਰੋ, ਮੈਂ ਤੌਲੀਆ ਛੋਲੀਆ ਲਾ ਦਿਓ ਤਾਂ ਕਿ ਤੁਹਾਨੂੰ ਹੌਸਲਾ ਰਵੇ ਕਿ ਮੈਂ ਇੱਥੇ ਹੀ ਹਾਂ। ਤੌਲੀਆ ਮੈਂ ਲਾ ਦਿੰਦਾ, ਤੌਲੀਆ ਲਿਆ ਕਾਕਾ ਓਏ, ਮੇਰੇ ਲਈ ਭਾਵੇਂ ਕੰਬਲ ਲਗਾ ਲਓ, ਮੈਂ ਇੱਥੇ ਹੀ ਆ ਲਿਆ। ਨਹੀਂ, ਤੌਲੀਆ ਦੀ ਲੋੜ ਨਹੀਂ, ਰਹਿਣ ਦਿਓ, ਤੌਲੀਆ ਰਹਿਣ ਦਿਓ, ਕੋਈ ਨਹੀਂ, ਅਜੇ ਉਹਨਾਂ ਨੇ ਨਹੀਂ ਕਟਾਉਣੇ। ਅਜੇ ਉਹਨਾਂ ਨੇ ਕਟਾਉਣੇ ਨਹੀਂ। ਨਹੀਂ ਲਿਆਓ ਤੁਸੀਂ, ਆਪਣੇ ਨੂੰ ਉੱਪਰ ਲਾਓ, ਤੁਹਾਨੂੰ ਪਤਾ ਲੱਗੇ ਕਿ ਮੈਂ ਵਾਲ ਕਟਾਉਣਾ ਆ। ਐ ਤੁਸੀਂ ਇਸ ਤਰ੍ਹਾਂ ਕਰੋ, ਕੈਂਚੀ ਤੇ ਕੰਘੀ ਫੜੋ, ਤੁਸੀਂ ਮੇਰੇ ਕਟੋ ਨਹੀਂ ਦੇਰ। ਤੁਹਾਡੇ ਹੈ ਕਿੰਨੇ ਕਾਪੇ? ਕੱਟ ਲਓ ਜਿੰਨੇ ਕੁ ਆ, ਲੱਭ ਲੱਭ ਕੇ ਕੱਟੀ ਜਾਏ, ਉਨੀ ਦੇਰ ਮਸਰੂਫ ਹੀ ਹੋਣਾ। ਐ ਕਰਕੇ ਵਾਲਾਂ 'ਚ ਹਾਥੀ ਫੇਰੀ ਜਾਏ, ਘੰਟਾ ਮੈਂ ਆਰਾਮ ਨਾਲ ਸੌ ਜਾਵਾਂਗਾ, ਤੇ ਜਦੋਂ ਮੈਨੂੰ ਭੂਖ ਨੀਂਦਰ ਆ ਜਾਏ, ਖਰਾਟੇ ਮਾਰ ਲੱਗ ਜਾਂ, ਉੱਠ ਕੇ ਘਰ ਚੱਲ ਜਾਈ। ਤੂੰ ਕੱਪੜਾ ਕੁਪੜਾ ਵੀ ਪਾਓ ਸਿਰ 'ਤੇ ਨਾ, ਉਹਨੇ ਸ਼ਿਕਾਰਾ ਜਿਹਾ ਪੈਂਦਾ ਉੱਥੋਂ ਹੀ, ਏਡਾ ਹਜਾ ਵਾਲਾ ਸਿਰ। ਤੇ ਉਹ ਇਸ ਤਰ੍ਹਾਂ ਕਰੋ ਕਿ ਇੰਤਜ਼ਾਰ ਕਰੋ ਥੋੜੀ ਦੇਰ, ਕੋਈ ਗੱਲ ਮੈਂ ਬੈਠਾ, ਮੈਂ ਕੋਈ ਇੰਤਜ਼ਾਰ ਕਰਾਂ, ਟੈਲੀਫੋਨ ਆਉਣਾ ਕਿ ਇੱਥੇ ਨਾਨ ਸਟਾਪ ਆਉਣੀ ਆ। ਮੈਂ ਕਿਹੜੇ ਚੱਲਾਂ ਕਿਤੇ, ਮੈਂ ਤੁਹਾਡੇ ਕੋਲ ਹਾਂ, ਕੰਮ ਹੀ ਕਰਨਾ। ਉਹ ਯਾਰ, ਤੂੰ ਕੌਣ ਆਦਮੀ ਹੈ? ਵਾਲ ਵੀ ਨਹੀਂ ਤੂੰ ਕਟਾਉਣੇ, ਫੋਨ ਆਉਣਾ ਵਾ, ਉਹ ਤੂੰ ਮੈਨੂੰ ਕਹਿਣਾ ਕੀ ਚਾਹੁੰਦਾ ਤੂੰ ਯਾਰ? ਹੈ, ਕੰਮ ਨਹੀਂ ਕਰਨਾ? ਉਹ ਕੰਮ ਹੀ ਕਰਨਾ, ਕਰਵਾ ਵੀ ਲਾ, ਤੂੰ ਕੰਮ ਨਹੀਂ ਕਰਾਉਣਾ? ਆਹੋ, ਤੇ ਮੈਂ ਹੁਣ ਉੱਥੇ ਵਿਆਹ ਤੇ ਜਾਣਾ ਮੇਰੀ ਜਾਨ। ਮੈਂ ਯਾਰ, ਕਿਤੋਂ ਵਿਆਹ ਤੇ ਜਾਣਾ? ਉਹ ਤੂੰ ਕੀ ਕਹਿਣਾ ਚਾਹੁੰਦਾ ਯਾਰ? ਉਹ ਵਾਲ ਕਟਾਲਾ ਮੇਰੇ ਕੋਲੋਂ। ਉਹ ਤੂੰ ਏਡਾ ਤਰਸ, ਤੈਨੂੰ ਮਿੰਟਾਂ ਦੀ ਗੱਲ ਆ, ਏਡਾ ਤਰਸੀ ਵਾਲ ਕੱਟਣ ਨੂੰ? ਉਹ ਤੈਨੂੰ ਕੱਟੇ ਯਾਰ, ਮੈਂ ਹੁਣ ਅਜੇ ਕੱਟ ਕੇ ਮੈਂ ਮੁੰਡੇ ਨੂੰ ਉਠਾਤਾ, ਹੁਣ ਮੇਰੇ ਸਾਹਮਣੇ ਤਾਂ ਵਾਲ ਕੱਟੇ। ਉਹ ਕੱਟੇ ਆ, ਤੇ ਇੱਕ ਵਾਰੀ ਵਾਲ ਕੱਟ ਕੇ ਸਾਹ ਲਈਦਾ, ਕੋਈ ਸਬਰ ਲਈਦਾ ਹੁੰਦਾ। ਉਹ ਸਾਹ ਲਈਦਾ, ਮੈਂ ਇੱਟਾਂ ਸਿਰ 'ਚ ਮਾਰ ਮਾਰ ਕੇ ਵਾਲ ਕੱਟਣ ਡਿਆ, ਮੈਂ ਕੋਠੇ ਤੋਂ ਛਾਲਾ ਮਾਰ ਮਾਰ ਕੇ ਵਾਲ ਕੱਟਣ ਡਿਆ, ਮੈਂ ਦੌੜ ਦੌੜ ਕੇ ਵਾਲ ਕੱਟਣ ਡਿਆ। ਨਹੀਂ, ਏਡੀ ਬੇਸਬਰੀ ਵੀ ਨਹੀਂ ਨਾ, ਹੁਣ ਤੇ ਵਾਲ ਕੱਟ ਕੇ ਡਿਆ, ਹੁਣ ਫਿਰ ਕਹਿੰਦਾ ਮੈਂ ਕੱਟਣੇ। ਠਹਿਰ ਜਾਓ, ਕੋ ਕਾਲ ਆ ਲੈਂਦੇ, ਫਿਰ ਮੈਂ ਤੁਹਾਨੂੰ ਦੱਸਣਾ ਸਾਰਾ ਕੰਮ, ਫਿਰ ਤੂੰ ਕਰੀ ਹੈ। ਅੱਛਾ, ਸਾਹ ਲੈ ਲਵਾਂ, ਲੈ ਲਿਆ, ਚਲੋ ਜੀ। ਹਾਂਜੀ, ਸਾਹ ਲੈ ਲਿਆ। ਸਾਹ ਲੈ ਲਿਆ ਤੂੰ? ਜੁਆ ਵੇਖਣ ਡਿਆ, ਕੀ ਗੱਲ ਯਾਰ? ਮੈਨੂੰ ਕੱਟ ਲੈਣ ਦੇ। ਉਹ ਕਿੱਥੇ ਕੱਟ ਲੈਣ ਦੇ? ਤੇਰੇ ਆਪਣੇ ਆ ਵਿੱਚ ਲੱਭਣ ਡਿਆ? ਓਏ, ਆਪਣੇ ਗੈਰ ਤੇਰੇ ਵਾਲਾਂ 'ਚੋਂ ਲੱਭਣੇ ਆ? ਹਾਂ, ਨੇਰਾ ਹੀ ਇੰਨਾ ਉਹਦੇ ਵਿੱਚ, ਤੇ ਮਤਲਬ ਰਿਜ਼ਕ ਨਹੀਂ ਐਡੀ ਜਲਦੀ ਲੱਭਦਾ। ਹਾਂ, ਤੇਰੇ ਵਾਲਾਂ 'ਚ ਤਾਂ ਬੜਾ ਉੱਥੇ ਲੈਟਾਂ ਲੱਗੀ। ਠਹਿਰ ਜਾ ਯਾਰ, ਕੱਟ ਕੇ ਬੜੀਆਂ, ਮੈਂ 3 ਬੋਰੀਆਂ ਲੈਣੀਆਂ। ਯਾਰ, ਤੂੰ ਕਾਹਦੇ ਕਾਹਦੇ ਇੱਡਾ ਕਾਲਾ ਪਿਆ, ਤੂੰ ਕਾਹਦੇ ਲਈ ਪਿਆ? ਯਾਰ, ਕਟਾਲਾ ਮੇਰਾ ਭਰਾ ਨਹੀਂ ਤੂੰ, ਮੇਰੀ ਗੱਲ ਸੁਣ। ਦੇਖ ਲੈ ਮੇਰੀ ਫੱਟੀ ਲੱਗਾ ਕੁਰਸੀ ਛੋੜਾ ਨਾ। ਠਹਿਰ ਜਾ ਹਲੇ, ਤੂੰ ਮੇਰੇ ਘਰ ਘਰੋਂ ਲਾਡ ਕਰਨ ਆਇਆ, ਤੂੰ ਵਾਲ ਵੂਲ ਕੋਈ ਨਹੀਂ? ਨਹੀਂ ਯਾਰ, ਵਾਲ ਵੂਲ ਪਟਾਉਣ ਆਇਆ, ਬੇਵਕੂਫ ਆਦਮੀ। ਮੈਂ ਕਹਿੰਦਾ ਫੋਨ ਆ ਜਾਏ ਤੇਰਾ। ਅੱਛਾ, ਫਿਰ ਮੈਂ ਪੈਸੇ ਕਿਉਂ ਲਾਇਆ ਕਰਾਂ ਯਾਰ? ਯਾਰ, ਪੈਸੇ ਵਾਲ ਲੋਕੀ ਕਟਾਉਂਦੇ ਨਹੀਂ, ਕਟਿੰਗ ਦੇ ਪੈਸੇ ਦੇ ਕੇ ਜਾਂਦੇ, ਉਹ ਜ਼ਾਇਆ ਕਰਦੇ ਆ, ਮੇਰੀ ਜ਼ਾਇਆ ਕਰਦੇ ਨੇ। ਮੈਂ ਤਾਂ ਤੇਰੇ ਕੋਲੋਂ ਸਾਰਾ ਕੁਝ ਕਰਾ ਕੇ ਚਲੇ ਜਾਵਾਂ, ਕਿਉਂਕਿ ਮੈਨੂੰ ਵਿਆਹ ਤੇ ਨਾ ਬੁਲਾਉਣ, ਤੈਨੂੰ ਵੀ ਦੁੱਖ ਹੋਣਾ ਕਿ ਯਾਰ ਮੇਰੇ ਕੋਲ ਕੰਮ ਕਰਾ ਕੇ ਗਿਆ, ਵਿਆਹ ਤੇ ਨਹੀਂ ਗਿਆ। ਯਾਰ, ਤੂੰ ਸਾਈਕਲ ਚੁੱਕਦਾ ਫੜਿਆ ਗਿਆ, ਟਿੰਡ ਹੋ ਗਈ, ਵਿਆਹ ਤੇ ਨਹੀਂ ਬੁਲਾਉਣਾ, ਤੂੰ ਤਾਂ ਵਾਲ ਹਮਾਮ ਤੋਂ ਕਟਾ ਕੇ ਜਾ ਰਿਹਾ ਮੇਰੇ ਕੋਲੋਂ। ਆ, ਤੂੰ ਇਹ ਤੈਨੂੰ ਮੈਂ ਕਹਿ ਰਿਹਾ ਕਿਉਂ? ਆਹ, ਫੋਨ ਆਉਂਦਾ ਹੈ ਤੇ ਮੈਂ ਤੈਨੂੰ ਕਹਿ ਦਾਂਗਾ, ਤੂੰ ਸ਼ੁਰੂ ਹੋ ਜਾਈਂ ਆਪਣੇ ਕੰਮ ਤੇ। ਕਿਉਂ? ਮੈਂ ਬਿਲਾ ਵਜਾਉਣ ਯਾਰ ਨਾ। ਭਾਈ ਜਾਨ, ਮੈਂ ਬੜੇ ਬੜੇ ਲੋਕਾਂ ਦੇ ਵਾਲ ਕੱਟੇ ਆ। ਹੈ? ਆਫਤਾਬ ਇਕਬਾਲ ਸਾਹਿਬ ਦੇ ਵਾਲ ਮੈਂ ਆਪਣੇ ਹੱਥੀ ਕੱਟੇ, ਮੈਂ ਹੈਡ ਡਰੈਸਰ ਹਾਂ। ਮਾਸ਼ਾਅੱਲਾ। ਹਾਂਜੀ, ਤੁਸੀਂ ਇਸ ਤਰ੍ਹਾਂ ਕਰੋ, ਪਹਿਲੇ ਸਾਹਮਣੇ ਬਹਿ ਕੇ ਮੈਨੂੰ ਸਟੋਰੀਆਂ ਸੁਣਾਓ। ਹਰੂਨ ਰਫੀਕ ਸਾਹਿਬ ਮੇਰੇ ਕੋਲ ਆਉਂਦੇ ਨੇ ਕਟਿੰਗ ਵਾਸਤੇ। ਅੱਛਾ ਅੱਛਾ ਅੱਛਾ। ਹਾਂਜੀ, ਬੜੇ ਬੜੇ ਵੱਡੇ ਲੋਕ ਆਉਂਦੇ ਨੇ। ਤੁਸੀਂ ਕੁਰਸੀ ਫੜੋ ਨਾ ਮੇਰੇ ਕੋਲ। ਨਾਮਵਰ ਲੋਕ ਆਉਂਦੇ ਨੇ। ਕੁਰਸੀ ਫੜ ਕੇ ਮੇਰੇ ਕੋਲ ਬਹਿ ਜਾਓ, ਤੁਹਾਡਾ ਵੀ ਟਾਈਮ ਪਾਸ ਹੋ ਜਾਏਗਾ ਮੇਰਾ। ਯਾਰ, ਦੇਖੋ ਤੁਸੀਂ, ਆਗਾ ਮਾਜਦ ਸਾਹਿਬ ਆਉਂਦੇ ਨੇ ਮੇਰੇ ਕੋਲ।
ਆਪਣਾ ਤੁਸੀਂ ਮੈਂ ਤੁਹਾਨੂੰ ਟੀਵੀ 'ਚ ਦੇਖਿਆ ਤੁਸੀਂ ਪ੍ਰੋਗਰਾਮ 'ਚ ਆਉਂਦੇ ਹੋ ਹਾਂਜੀ ਹਾਂਜੀ ਉਹ ਸ਼ਹਿਰੀਆਂ 'ਚ ਗਾਉਂਦੇ ਨਹੀਂ ਹਾਂਜੀ ਹਾਂਜੀ ਵੇਖ ਲਓ ਤੁਹਾਨੂੰ ਉਸ ਪ੍ਰੋਗਰਾਮ ਦਾ ਵਾਸਤਾ ਘਟਾ ਲਓ ਮੇਰੇ ਕੋਲ ਆ ਗਿਆ ਸੋਣਾ ਪੁੱਛ ਮੈਂ ਜਾ ਜੀ ਤੁਸੀਂ ਦਾ ਗਾਣ ਉਹਦਾ ਕਿਤੇ ਥਾਂ ਨਾ ਘਟਾ ਲਓ ਬਾਲ ਮੇਰੇ ਖੈਰ ਜਾ ਹੁਣ ਯਾਰ ਫੋਨ ਆ ਲੈਂਦੇ ਮੈਂ ਤੁਹਾਨੂੰ ਦੱਸਦਾ ਮੇਰਾ ਖਲ ਆ ਹੀ ਗਿਆ ਹਨਾ ਆ ਗਿਆ ਕੈਸਾ ਹੈ ਆ ਗਿਆ ਆ ਗਿਆ ਉਹ ਕਹਿੰਦੇ ਵੇਟ ਓਵੇ ਹੈ ਹਾਲੇ ਵੇਟਿੰਗ ਦਾ ਅਜੇ ਵੀ ਵੇਟਿੰਗ ਚ ਹਾਂਜੀ ਉਹ ਕਿਤੇ ਪਾਣੀ ਚ ਲੁਕੇ ਨੇ ਨਹੀਂ ਯਾਰ ਉਹ ਤੂੰ ਗੱਲ ਮੁੱਕੇ ਕਿਸੇ ਪਾਸੇ ਫੇਰੇ ਨਾ ਉਹ ਗੱਲ ਮੁੱਕੇਗੀ ਕੀ ਮਤਲਬ ਹੁਣ ਇੱਥੇ ਰਿਸ਼ਤਾ ਕਰਨ ਡਏ ਆ ਹਾਂ ਗੱਲ ਕਿਤੇ ਮੁੱਕੇਗੀ ਊਂਟ ਕਿਹੜੇ ਕਰਵਟ ਬੈਠਦਾ ਸੁਣਿਆ ਉਹ ਤੇ ਪੰਚਾਇਤ ਲੱਗੀ ਉੱਥੇ ਚਾਰ ਜੀ ਇਕੱਠੇ ਹੋਏ ਨੇ ਉਹ ਫੋਨ ਕਰਨਗੇ ਵੀ ਕਰਾ ਲੈ ਕੰਮ ਆ ਜਾ ਚਾਰ ਜੀ ਵਾਲੀ ਪੰਚਾਇਤ ਹੁੰਦੀ ਆ ਉੱਥੇ 100 ਬੰਦਾ ਪੰਚਾਇਤ ਵਾਲਾ ਹੁੰਦਾ ਤੇਰੀ ਗੱਲ ਹੀ ਝੂਠੀ ਆ ਤੇਰੇ ਗੱਲ 'ਚ ਝੂਠ ਆ ਯਾਰ ਸਾਰਾ ਕਿਹੜਾ ਝੂਠ ਆ ਉਹ ਵਾਲ ਘਟਾਰਾ ਮੇਰੇ ਬਾਰੇ ਮੈਂ ਤੈਨੂੰ ਕਹਿਣ ਦੇ ਆ ਵਾਲ ਓਏ ਮੈਂ ਸੀਏ ਜੀ ਸਟਾਫ ਆਇਆ ਮੈਂ ਹੈ ਹੈ ਥਾਣੇ ਆਇਆ ਵਾਲ ਘਟਾਉਣ ਮੈਂ ਥਾਣੇ ਆਇਆ ਵਾਲ ਘਟਾਉਣ ਸਹਿਮ ਜਾ ਕਰਨੇ ਮੈਂ ਗਾਹਕ ਨੂੰ ਠਾਤਾ ਯਾਰ ਤੇਰੇ ਬਦਲੇ ਤੇ ਜਾ ਕੇ ਫੜ ਲਾ ਨੂੰ ਗਾਹਕ ਨੂੰ ਚਲਾ ਗਿਆ ਉਹ ਗਾਹਕ ਨੂੰ ਫੜ ਲਾ ਜਾ ਕੇ ਉਹ ਨਾਲ ਦੀ ਕੁੜੀ ਦੇ ਬੈਠਾ ਉਹ ਚਾਰਾ ਵਿਆਹ ਤੇ ਜਾਣਾ ਉਹਨੇ ਤੇ ਠੀਕ ਹੈ ਮੈਂ ਵੀ ਵਿਆਹ ਜਾਣਾ ਮੈਂ ਆਰਾਮ ਨਾਲ ਕਰਾ ਲਿਆ ਜਾ ਪਹਿਲੇ ਵਿਆਹ ਤੋਂ ਹੋਇਆ ਜਾ ਕੇ ਆ ਕੇ ਘਟਾ ਲੈ ਚਲ ਜਾ ਉੱਠ ਯਾਰ ਇੱਥੇ ਮੈਨੂੰ ਫੋਨ ਆਉਣਾ ਤੇ ਮੈਂ ਜਾਣਾ ਮੈਂ ਤੁਹਾਨੂੰ ਦੱਸਾਂ ਤੇਰਾ ਫੋਨ ਉਹ ਯਾਰ ਇਹ ਪਾਰਕ ਆ ਜਿੱਥੇ ਤੂੰ ਬੈਠਾ ਉੱਠ ਕੇ ਉੱਠ ਯਾਰ ਇੱਥੋਂ ਉੱਠ ਕਿੱਥੋਂ ਯਾਰ ਉੱਠ ਉੱਠੋ ਭਾਈ ਇੱਥੋਂ ਕੀ ਗੱਲ ਖੈਰ ਆ ਉਹ ਖੈਰ ਹੀ ਆ ਯਾਰ ਵਾਲ ਘਟਾਉਣੇ ਆ ਵਾਲ ਘਟਾਉਣੇ ਤੂੰ ਨਾ ਘਟਾਉਣਾ ਵਾਲ ਨਾ ਕੋਈ ਗੱਲ ਨਾ ਕੋਈ ਬਾਤ ਉਹ ਤੂੰ ਤੇ ਸਾਡੇ ਵਾਸਤੇ ਅਜ਼ਾਬ ਬਣ ਗਿਆ ਤੇਰੇ ਘਰ ਦੇ ਘਟਾਉਣੇ ਤਾਇਆ ਤੂੰ ਮੇਰਾ ਮੈਨੂੰ ਫੋਨ ਆ ਤੇ ਮੈਂ ਘਟਾਉਣੇ ਚੱਲ ਫੋਨ ਆਇਆ ਘੜੀ ਹੈ ਲਾਲਾ ਫੋਨ ਤਾਂ ਆਪਣਾ ਜਿਹੜਾ ਫੋਨ ਓਏ ਉਹ ਗਰਲਫ੍ਰੈਂਡ ਮੇਰੀ ਓਏ ਓਏ ਰੋ ਕੇ ਮੇਰਾ ਹਾਸਾ ਨਾ ਘੜਾਈ ਹੈ ਰੋਈ ਨਾ ਹੁਣ ਕੀ ਕਰਾਂ ਉਹ ਤੂੰ ਜਿਹਦੇ ਵਾਲ ਹੁਣ ਘਟਾਉਣੇ ਹੀ ਨਹੀਂ ਹਾਂ ਮੈਂ ਕੀ ਕਰਾਂ ਹੁਣ ਇਹ ਤੇ ਘੁੰਗਰੂ ਬਣ ਕੇ ਤੈਨੂੰ ਡਾਂਸ ਦਿਖਾਵਾਂ ਉਹ ਤੂੰ ਕਿਵੇਂ ਮੰਨੇਗਾ ਭਾਈ ਜਾਨ ਮੈਨੂੰ ਫੋਨ ਆਉਣਾ ਜੇ ਤੇ ਮੈਂ ਵਾਲ ਕਟਾਉਣੇ ਜੇ ਮੈਂ ਉਸ ਤੋਂ ਪਹਿਲੇ ਮੈਂ ਨਹੀਂ ਜੇ ਕੱਖ ਵੀ ਕਰਾਉਣਾ ਭਾਈ ਜਾਨ ਫੋਨ ਤੇਰਾ ਪਤਾ ਨਹੀਂ ਕਿਦੋਂ ਆਉਣਾ ਤੂੰ ਘਰ ਜਾ ਹੈ ਤੂੰ ਆਪਣੇ ਘਰ ਜਾ ਕੇ ਬਹਿ ਜਾ ਫੋਨ ਆਏਗਾ ਉਦੋਂ ਆ ਜੀ ਘਰ ਵੀ ਮਹਿਮਾਨ ਨੇ ਮੈਂ ਪਤਾ ਕਿਉਂ ਨਹੀਂ ਜਾ ਰਿਹਾ ਮੈਂ ਕਹਿੰਦਾ ਕਿਸੇ ਵੇਲੇ ਫੋਨ ਆ ਗਿਆ ਕੌਣ ਜ਼ਿੰਮੇਵਾਰ ਹੈ ਤੂੰ ਇੱਥੇ ਬੈਠਾ ਹੋਵਾਂਗਾ ਜੇ ਤੂੰ ਮੈਂ ਕੰਮ ਕਰਾ ਕੇ ਨਿਕਲ ਜਾ ਤੂੰ ਸੜਕ ਤੇ ਬਹਿ ਜਾ ਕੰਟੇਨਰ ਕੋਲੋਂ ਲੰਘਦੇ ਆ ਹਵਾ ਠੰਡੀ ਆਏਗੀ ਨੀਂਦਰ ਆਏ ਤੈਨੂੰ 100 ਜੀ ਫੁੱਟਪਾਥ ਦੇ ਵਿੱਚ ਨੀਂਦਰ ਪੂਰੀ ਕਰਕੇ ਆ ਜਾ ਉਹ ਥੋੜੀ ਯਾਰ ਸਾਡਾ ਟਾਈਮ ਲਾਇਆ ਕਰ ਤੇਰਾ ਕੁਝ ਲੈਣ ਦੇ ਮੈਂ ਬੈਠਾ ਮੈਂ ਕੰਮ ਕਰਾ ਕੇ ਜਾ ਤੇ ਮੈਂ ਤੈਨੂੰ ਕੁਝ ਦੇਣ ਦੇ ਆ ਜਿਹੜਾ ਤੂੰ ਬੈਠਾ ਇੱਥੇ ਆ ਤੇ ਫੇਰ ਬੈਠਾ ਰਹਿੰਦੇ ਤੂੰ ਮੈਨੂੰ ਫੋਨ ਆਇਆ ਕਰ ਮੈਂ ਤੈਨੂੰ ਕੰਮ ਕਰਦਾ ਪਰ ਯਾਰ ਤੂੰ ਇੱਥੇ ਸਾਹ ਲੈਣਾ ਹੈ ਹੈ ਗਰਮੀਆਂ ਦਾ ਦਿਨ ਆ ਫਰਵਰੀ ਦਾ ਮਹੀਨਾ ਮੌਸਮ ਬਹਾਰ ਦਾ ਉਹ ਨਾ ਤੇਰਾ ਰੰਗ ਬਦਲਦਾ ਨਾ ਇਤਬਾਰ ਪੱਤੇ ਝੜਨ ਦੇ ਤੇਰਾ ਮੂੰਹ ਦਾ ਰੰਗ ਨਹੀਂ ਬਦਲਿਆ ਜਾ ਯਾਰ ਜਾ ਆਪਣਾ ਕੰਮ ਕਰ ਜਾ ਕੇ ਮੈਂ ਵਿਆਹ ਜਾਣਾ ਮੈਂ ਕੰਮ ਕਰਾ ਕੇ ਜਾ ਯਾਰ ਵਿਆਹ ਤੇ ਤੈਨੂੰ ਦੇਖਣ ਦੇ ਤੂੰ ਵਾਜੇ ਵਾਲਾ ਆ ਤੂੰ ਕਾਲ ਵਿਆਹ ਤੇ ਜਾਣਾ ਕਾਲ ਕੀ ਆ ਲੈਣ ਵਰਦੀ ਤੂੰ ਸਾਰੀ ਬੈਂਡ ਵਾਲੀ ਪਾਈ ਆ ਨਹੀਂ ਯਾਰ ਕਾਲ ਆ ਰਿਹਾ ਵਿਆਹ ਦੇਖੇ ਮੇਰੇ ਰਿਸ਼ਤੇਦਾਰ ਉਹ ਕਾਲ ਆ ਜਾਏਗੀ ਯਾਰ ਜਾ ਆਪਣਾ ਕੰਮ ਕਰ ਯਾਰ ਜਾ ਕੇ ਮੈਂ ਨਹੀਂ ਕੱਟਨੇ ਵਾਲ ਤੇਰੇ ਜਾ ਨਾ ਨਹੀਂ ਕੱਟਨੇ ਵਾਲ ਤੇਰੇ ਮੈਂ ਤੈਨੂੰ ਵਾਲਾਂ ਦਾ ਕਰੂੰ ਕਿਆ ਦਿਖਾਦਾ ਕਿਆ ਮੈਂ ਤੈਨੂੰ ਅਫੀਸ਼ੀਅਲ ਕਰਨਾ ਹੈ ਤੇਰਾ ਮਸਾਜ ਲਿਆ ਯਾਰ ਉਹ ਵੱਡਾ ਪੁਰਸ਼ ਜਿਹੜਾ ਇੱਥੇ ਫੇਰਦੇ ਦੁਕਾਨ 'ਚ ਵੱਡਾ ਕੋਈ ਵਿਆਪਰ ਮਗਾਉਣ ਲੱਗਾ ਆ ਲਿਆ ਤੇਰਾ ਤਾਰਾ ਆਪਣਾ ਹੀ ਤੇਰਾ ਇੱਧਰ ਮੈਨੂੰ ਲਿਆ ਜੀ ਇਹ ਤੁਹਾਡਾ ਅਫੀਸ਼ੀਅਲ ਕਰਦਾ ਜੀ ਲਿਆ ਜੀ ਤੁਹਾਡਾ ਅਫੀਸ਼ੀਅਲ ਕਰ ਦਈਏ ਕੀ ਕਰਦੀ ਇਹਦਾ ਅਫੀਸ਼ੀਅਲ ਕਰ ਦਈਏ ਤੁਹਾਡਾ ਇਹ ਥੋੜਾ ਸਿਰ ਤੇ ਵੀ ਮਾਰ ਆ ਗੰਡ ਪਿਆ ਕੇ ਤੇ ਵੀ ਮਾਰ ਰੱਖਦੇ ਯਾਰ ਇਹਨੇ ਨਹੀਂ ਕਰਾਉਣਾ ਹਾਂ ਹੋਰ ਕਿਸ ਤਰ੍ਹਾਂ ਤੋਂ ਮੰਨਣਾ ਹੈ ਮੇਰਾ ਫੋਨ ਆਉਣਾ ਹੈ ਤੇ ਉਹ ਮੰਨਣਾ ਹੀ ਮੈਂ ਮੰਨਿਆ ਤੂੰ ਬੈਠਾ ਮੈਂ ਫੋਨ ਆਇਆ ਤਾਂ ਮੈਂ ਚੱਲ ਜਾਗਾ ਕਭੀ ਕਭੀ ਯੇ ਮੁਝੇ ਸਤਾਏ ਕਭੀ ਕਭੀ ਯੇ ਰੁਲਾਏ ਫਕਤ ਮੇਰੇ ਦਿਲ ਮੇ ਉਤਰ ਜਾਏਗਾ ਬਿਛੜਨਾ ਮੁਬਾਰਕ ਬਿਛੜ ਜਾਏਗਾ ਵਾਹ ਵਾਹ ਮੈਂ ਕਭੀ ਕਭੀ ਯੇ ਕਿੰਨਾ ਖੁਸ਼ ਹੋਇਆ ਮੁਝੇ ਸਤਾਏ ਕਭੀ ਕਭੀ ਯੇ ਰੁਲਾਏ ਵਾਹ 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 ਯਾਰ ਕਿੰਨਾ ਅੱਛਾ ਆਵਾਜ਼ ਹੈ ਤੇਰਾ ਹਾਂ ਹਾਂ ਕੀ ਬਾਤ ਵਾਹ 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 ਤੁਹਾਡੀਆਂ ਖੈਰ ਮੇਰਾ ਭਰਾ ਮੈਂ ਨੂੰ ਇੰਤਜ਼ਾਰ ਕਰ ਰਿਹਾ ਹਾਂ ਫੋਨ ਆ ਜਾਏ ਕਿਤੇ ਹਾਂ ਆ ਤੇਰਾ ਸਦਕਾ ਰੱਖਿਆ ਜੀ ਮੈਂ ਅੱਛਾ ਜੀ ਆਇਆ ਇਹ ਦੇਣਾ ਕਿ ਦੇਣਾ ਕੀ ਸਦਕਾ ਹਾਂਜੀ ਯਾਰ ਕਿਦਾਂ ਉਹ ਤੂੰ ਇਹ ਨਹੀਂ ਤਰਸਿਆ ਓ ਯਾਰ ਤਰਸਿਆ ਮੇਰਾ ਮਤਲਬ ਹੈ ਜਿਹਨੂੰ ਦੇਣਾ ਉਹਨੂੰ ਦੇਣਾ ਮੈਂ ਮੰਗਦਾ ਅੱਛਾ ਉਹ ਲੈ ਕਾਲ ਆ ਗਈ ਆ ਗਈ ਸ਼ੁਕਰ ਸ਼ੁਕਰ ਹੁਣ ਘਟਾਏਗਾ ਹੁਣ ਘਟਾਏਗਾ ਹਾਂਜੀ ਲੈ ਵੀ ਮੈਂ ਤਿਆਰ ਕਰ ਲਵਾਂ ਨੇੜੇ ਨੇੜੇ ਆ ਜਾ ਹੈ ਉਸ ਤਰ੍ਹਾਂ ਤੂੰ ਵੀ ਨੇੜੇ ਆ ਜਾ ਅੱਛਾ ਤੂੰ ਵੀ ਨੇੜੇ ਆ ਜਾ ਤੂੰ ਵੀ ਨੇੜੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਬੇਫਿਕਰ ਆ ਜਾ ਮੇਰੇ ਕੋਲ ਆ ਜਾ ਉਹ ਏਡੀ ਕਾਦੀ ਟੈਨਸ਼ਨ ਹੈ ਯਾਰ ਆ ਕੋਈ ਨਹੀਂ ਮੈਂ ਆਹੋ ਯਾਰ ਘੰਟਾ 2 ਘੰਟੇ 3 ਘੰਟੇ ਕੋਈ ਕਿੰਨਾ ਕੁ ਟਾਈਮ ਲੱਗ ਜਾਏਗਾ ਉਹ ਟਾਈਮ ਕਾਹਦਾ ਲੱਗਣਾ 4 5 6 ਘੰਟੇ ਕੋਈ ਗੱਲ ਨਹੀਂ 10 ਘੰਟੇ ਲੱਗ ਜਾਣਗੇ ਮੈਂ ਬੈਠਾ ਕੀ ਮਤਲਬ ਮੱਛੀ ਫੜਨੀ ਹੈ ਨਹੀਂ ਨਹੀਂ ਕੋਈ ਜਿੰਨਾ ਕੁ ਵੀ ਟਾਈਮ ਲੱਗੇ ਮੈਂ ਬੈਠਾ ਦੁਕਾਨ ਤੇ ਮੈਂ ਤੜੀ ਕਾਲ ਆਏਗੀ ਮੈਂ ਕੰਮ ਕਰਾ ਕੇ ਨਿਕਲਵਾ ਹਾਂ ਬਿਲਕੁਲ ਕਹਿੰਦੇ ਹਾਲੇ ਕੋਈ ਨਾ ਕੋਈ ਟਾਈਮ ਲੱਗਣਾ ਹੈ 10 ਘੰਟੇ ਲੱਗ ਸਕਦੇ ਭਾਈ ਜਾਨ ਤੁਸੀਂ ਪਹਿਲੇ ਟੈਲੀਫੋਨ ਉਡੀਕ ਲਓ ਇਹਦੇ ਜੋ ਸਿਮ ਨਵੀਂ ਪਵਾ ਲਓ ਕਾਲਾਂ ਸੁਣ ਲਓ ਪੂਰੇ ਮੁਲਕ ਦੀਆਂ ਪੀਸੀਓ ਬਣਾ ਲਾ ਮੈਂ ਤੇਰੇ ਵਾਲ ਨਹੀਂ ਕੱਟਣੇ ਤੂੰ ਇੱਥੇ ਬਹਿ ਕੇ ਫੋਨ ਸੁਣ ਮੈਂ ਤੇਰਾ ਘਰੋਂ ਹੋ ਕੇ ਆਇਆ ਗੱਲ ਸੁਣ ਹਾਂਜੀ
ਉਹਨਾਂ ਦੇ ਫੋਨ ਆ ਗਏ ਤੇ ਕੰਮ ਕਿਹਨੇ ਕਰਨਾ ਉਹ ਯਾਰ ਫੋਨ ਆਉਣਾ ਕਿਦੋਂ ਆ ਉਹ ਤੂੰ ਕਹਿਣਾ ਕੀ ਚਾਹਨਾ ਫਿਰ ਮੈਂ ਦੱਸਿਆ ਉਹ ਨਾ ਤੇਰਾ ਫੋਨ ਆ ਰਿਹਾ ਉਹ ਨਾ ਤੂੰ ਬਾਲ ਕਟਾਣਾ ਉਹ ਨਾ ਤੂੰ ਫੇਸ਼ੀਅਲ ਕਰਾਣਾ ਉਹ ਤੂੰ ਕੀ ਕਰਨਾ ਚਾਹਨਾ ਤੂੰ ਮੇਰੇ ਪੈਸੇ ਜ਼ਾਇਆ ਕਰਨਾ ਚਾਹਨਾ ਮੈਂ ਵਿਆਹ ਤੇ ਵੀ ਨਾ ਜਾਵਾਂ ਪੈਸੇ ਵੀ ਲਾ ਦਵਾਂ ਅੱਛਾ ਪਾਗਲ ਆ ਮਿਸ਼ਦਾ ਹੀ ਆ ਪੈਸੇ ਵੀ ਨਹੀਂ ਲਾਣੇ ਵਿਆਹ ਤੇ ਵੀ ਨਹੀਂ ਜਾਣਾ ਜਾਣਾ ਵੀ ਆ ਪੈਸੇ ਵੀ ਜ਼ਾਇਆ ਕਰਾਂ ਉਹ ਤੂੰ ਕੀ ਕਰਨਾ ਚਾਹਨਾ ਮੂੰਹ ਤੇ ਰੇਗਮਾਲ ਫਰਾ ਲਾ 10 ਰੁਪਏ ਦਾ ਲੈ ਪੈਸੇ ਤੇ ਮੈਂ ਤਾਂ ਦਿਲਾਵਾਂ ਜੇ ਮੈਂ ਵਿਆਹ ਤੇ ਜਾਣਾ ਪਤਾ ਲੱਗੇ ਜਾਣਾ ਕਿ ਨਹੀਂ ਜਾਣਾ ਰੇਨ ਸਾਬਣ ਲੈ ਕੇ ਨਾ ਮੂੰਹ ਕੂਚਲਾ ਬਾਹਰੋਂ ਬਹਿ ਕੇ ਫੱਟੇ ਦੇ ਨਾਲ ਲੋਟੇ ਦੇ ਪਾਣੀ ਨਾਲ ਮੇਰੇ ਕੋ ਗੱਲ ਹੀ ਆ ਗਈ ਯਾਰ ਤੇ ਮਸ਼ਵਰੇ ਦੇਣ ਬੈਠਾ ਕੰਮ ਕਰਨ ਜੀ ਬੈਠਾ ਮਸ਼ਵਰੇ ਦੇਣ ਉਹ ਯਾਰ ਜਦੋਂ ਤੂੰ ਵਾਲ ਕਟਾਵੇਂ ਨਾ ਹਾਂ ਤੇਰਾ ਮੈਂ ਤੇਰਾ ਕੀ ਕਰ ਲੈਣਾ ਅਸਲ ਤੇ ਤੈਨੂੰ ਤੇਰੇ ਹੈ ਨਹੀਂ ਨਾ ਤੈਨੂੰ ਇਸ ਲਈ ਗੱਲਾਂ ਆਉਂਦੀਆਂ ਅਰੇ ਆ ਵਾਲ ਹੀ ਆ ਹਾਂ ਇਹ ਮੈਂ ਦੋਵਾਂ ਬਣੀਆਂ ਇਹ ਵਾਲ ਨੇ ਹਾਂਜੀ ਹਾਂ ਕਮਾਲ ਹੈ ਯਾਰ ਤੁਸੀਂ ਕਿਸ ਤਰ੍ਹਾਂ ਦੇ ਕਸਟਮਰ ਹੋ ਇਹ ਤੇਰੀ ਅਕਲ ਨੇ ਨਾ ਤੇਰੇ ਵਾਲ ਪਿੱਛੇ ਕਰਦੇ ਜਿੰਨਾ ਕਿ ਤੈਨੂੰ ਕੰਮ ਆਉਂਦਾ ਹੈ ਸਬਰ ਕਰ ਹੁਣ ਓ ਭਾਈ ਉੱਠ ਕੇ ਜਾਵੇਂ ਕਰਦੇ ਕਿਆ ਫੋਨ ਕਿਉਂ ਨਹੀਂ ਕਰਨ ਦੇ ਉਹ ਲੜਾਈ ਉੱਥੇ ਮੈਂ ਕਿੱਥੇ ਜਾਵਾਂ ਉਹਨਾਂ ਨੂੰ ਉਹ ਲੜਾਈ ਯਾਰ ਤੂੰ ਸਾਈਡ ਤੋਂ ਦੀ ਪਿਛਲੀ ਗਲੀ ਥਾਲੀ ਚੱਲ ਜਾਵੀਂ ਉਹਨਾਂ ਨੂੰ ਸੁਣਾ ਕਰਦੀ ਚੱਲ ਉੱਠੇ ਤੂੰ ਉੱਠ ਯਾਰ ਉੱਠ ਕਿੱਥੇ ਯਾਰ ਤੈਨੂੰ ਕਿਹਾ ਉੱਠ ਯਾਰ ਆਪਣਾ ਕੰਮ ਕਰ ਯਾਰ ਜਾ ਕੇ ਜਾ ਯਾਰ ਉਹਨੂੰ ਜਾ ਕੇ ਪਤਾ ਕਰਕੇ ਆ ਉਹ ਤਾਂ ਫੋਨ ਤੇ ਆ ਲੈਂਦੇ ਮੈਨੂੰ ਉਹ ਫੋਨ ਤੇ ਰਾਜ ਦਾ ਜਾ ਯਾਰ ਕੰਮ ਕਰ ਜਾ ਕੇ ਵੇਖ ਲੈ ਮਿਰਜ਼ਾ ਵੇਖ ਲਿਆ ਮੈਂ ਓਏ ਜਾ ਜਾ ਯਾਰ ਚੱਲ ਜਾ ਯਾਰ ਪਤਾ ਨਹੀਂ ਕਿੱਥੋਂ ਆ ਜਾਂਦੇ ਲੋਕ